ਜੈ ਬਾਬਿਆਂ ਦੀ, ਜੈ ਬਾਬਿਆਂ ਦੀ। ਆ ਵੀ ਭਗਤਾ, ਕੀ ਦੁੱਖ? ਬਾਬਾ ਜੀ, ਇੱਕ ਪੁੱਤਰ ਦੀ ਦਾਤ ਬਖਸ਼ ਦਿਓ। ਵਿਆਹ ਨੂੰ ਕਿੰਨਾ ਚਿਰ ਹੋ ਗਿਆ? ਵਿਆਹ ਨੂੰ ਤਾਂ 9 ਸਾਲ ਹੋ ਗਏ ਬਾਬਾ ਜੀ। ਤੇ ਹਾਲੇ ਤੱਕ ਕੋਈ ਬੱਚਾ ਨਹੀਂ? ਕੁੜੀ ਹੈ 8 ਸਾਲ ਦੀ, ਮਾੜੀ ਕਿਸਮਤ ਨਾਲ ਬਸ ਉਦੋਂ ਦਾ ਹੀ ਦਰ ਦਰ ਭਟਕਦਾ ਫਿਰਦਾ। ਮੇਰੀ ਝੋਲੀ ਇੱਕ ਪੁੱਤਰ ਦੀ ਦਾਤ ਪਾ ਦਿਓ ਬਾਬਾ ਜੀ। ਪੁੱਤਰ ਤਾਂ ਤੇਰੀ ਕਿਸਮਤ ਲਿਖਿਆ ਭਗਤਾ। ਬਾਬਾ ਜੀ, ਜੇ ਮੇਰੀ ਕਿਸਮਤ ਚ ਪੁੱਤਰ ਲਿਖਿਆ ਤਾਂ ਫਿਰ ਹੋਊਗਾ ਕਦੋਂ? ਮੈਂ ਤਾਂ ਤਰਸਿਆ ਪਿਆ ਪੁੱਤਰ ਦਾ ਮੂੰਹ ਦੇਖਣ ਨੂੰ ਬਾਬਾ ਜੀ। ਉਹ ਇਸ ਕਰਕੇ ਨਹੀਂ ਹੋਇਆ ਭਗਤਾ ਕਿ ਤੇਰੀ ਕਿਸਮਤ ਚ 2 ਬੱਚੇ ਲਿਖੇ ਨੇ, ਪਰ ਸੁੱਖ ਸਿਰਫ 1 ਬੱਚੇ ਦਾ। ਬਾਬਾ ਜੀ, ਤੇ ਦੂਜਾ ਬੱਚਾ ਜਾਣੀ ਕਿ ਮੇਰਾ ਪੁੱਤਰ ਮੇਰੇ ਘਰ ਕਦੋਂ ਜਨਮ ਲਊਗਾ? ਤੈਨੂੰ ਦੱਸਿਆ ਤਾਂ ਹੈ ਤੇਰੀ ਕਿਸਮਤ ਚ ਸਿਰਫ 1 ਬੱਚੇ ਦਾ ਸੁੱਖ ਹੈ, ਤੇ ਦੂਜਾ ਉਦੋਂ ਤੱਕ ਨਹੀਂ ਪੈਦਾ ਹੋ ਸਕਦਾ ਜਦੋਂ ਤੱਕ ਮੈਂ ਸਮਝ ਗਿਆ ਬਾਬਾ ਜੀ। ਹੁਣ ਸਮਝਿਆ ਮੈਂ। ਤੁਸੀਂ ਧੰਨੋ ਖੁਸ਼ ਰਹਿ ਭਗਤਾ। ਜੈ ਬਾਬਿਆਂ ਦੀ, 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 ਜੈ ਬਾਬਿਆਂ ਦੀ। ਬਾਬਾ ਜੀ, ਪੂਰੀ ਗੱਲ ਤਾਂ ਤੁਸੀਂ ਦੱਸੀ ਹੀ ਨਹੀਂ, ਤੇ ਉਹ ਸਮਝ ਵੀ ਗਿਆ। ਤੁਸੀਂ ਕੀ ਸਮਝਾਇਆ ਤੇ ਉਹ ਕੀ ਸਮਝ ਗਿਆ? ਉਹ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿ ਮੈਂ ਕੀ ਕਹਿਣਾ ਚਾਹੁੰਦਾ ਸੀ, ਉਹ ਨਾਲੇ ਉਹ ਕੀ ਸਮਝਿਆ ਕੀ ਨਹੀਂ, ਇਹਦੇ ਨਾਲ ਆਪਾਂ ਨੂੰ ਕੀ ਮਤਲਬ? ਉਹ ਕਮਲਿਆ, ਆਪਾਂ ਦੁਨੀਆਂ ਨੂੰ ਉਲਝਾਉਣ ਆਏ ਆ, ਸੁਲਝਾਉਣ ਨਹੀਂ। ਸਹੀ ਕਿਹਾ ਬਾਬਾ ਜੀ, ਧੰਨੋ ਤੁਸੀਂ। ਕੀ ਕਿਹਾ ਬਾਬਾ ਜੀ ਨੇ? ਬਾਬਾ ਜੀ ਕਹਿੰਦੇ ਆਪਣੀ ਕਿਸਮਤ ਚ ਪੁੱਤ ਲਿਖਿਆ। ਲੈ, ਇਹਦੇ ਚ ਬੇਚੈਨ ਹੋਣ ਵਾਲੀ ਕਿਹੜੀ ਗੱਲ ਆ? ਨਾਲੇ ਕੀ ਕਹਿੰਦੇ ਬਾਬਾ ਜੀ ਵੀ ਕਦੋਂ ਤੱਕ ਹੋਊ ਆਪਣੇ ਘਰੇ ਪੁੱਤ? ਬਾਬਾ ਜੀ ਕਹਿੰਦੇ ਪੁੱਤ ਨੇ ਉਦੋਂ ਤੱਕ ਜਨਮ ਨਹੀਂ ਲੈਣਾ ਜਦੋਂ ਤੱਕ ਆ ਤੂੰ ਹੀ ਜਾਂਦੀ ਆ। ਕਿੱਥੇ ਲੈ ਕੇ ਚੱਲਿਆ ਮੇਰੀ ਧੀ ਨੂੰ? ਕਬਰ ਪੱਟਣ ਚੱਲਿਆ ਇਹਦੀ। ਮੈਂ ਆਪਣੀ ਧੀ ਨੂੰ ਕੁਛ ਨਹੀਂ ਹੋਣ ਦੇਣਾ। ਹੋਣ ਨਹੀਂ ਜਾਣਾ ਇਹਨੇ ਕਸਤੀ ਨੂੰ, ਸਭ ਤੇ ਕੀਤਾ ਮੇਰੇ ਪੁੱਤ ਦੇ ਰਾਹ ਚ ਕੰਡੇ ਤੈਂ ਭੇਜਿਆ, ਤੈਨੂੰ ਮੈਂ ਦੱਸਦਾ ਚ ਜੰਮੀ ਜੋ ਇਹਦੀ ਹੋਈ ਆ। ਇਹਦੇ ਵਿੱਚ ਇਹਦਾ ਕੀ ਕਸੂਰ? ਇਹਦਾ ਰੱਬ ਦੀ ਭੇਜੀ ਹੋਈ ਆ, ਛੱਡ ਦੇ ਇਹਨੂੰ। ਇਹ ਰੱਬ ਦੀ ਭੇਜੀ ਹੋਈ ਆ ਨਾ, ਤੇ ਹੁਣ ਜਾਊ ਵੀ ਫਿਰ ਰੱਬ ਕੋਲ ਹੀ ਇਹ। ਹਾਏ, ਛੱਡ ਦੇ ਮੇਰੀ ਧੀ ਨੂੰ, ਕਿੱਥੇ ਲੈ ਕੇ ਚੱਲੇ? ਰੱਬ ਤੋਂ ਡਰ ਬੰਦਿਆ, ਰੱਬ ਤੋਂ ਡਰ, ਪਾਪਾ
ਲੱਗੇ ਹੋਏ ਬੂਟੇ ਨੀ ਪੱਟੀ ਦੇ, ਇਹ ਦੁਬਾਰਾ ਹਰੇ ਨੀ ਹੁੰਦੇ। ਜੇ ਇਹ ਪੱਟੂ ਤਾਂ ਹੀ ਮੇਰੇ ਘਰੇ ਨਵਾਂ ਬੂਟਾ ਲੱਗੂ। ਪਾਪਾ ਪਾਣੀ। ਪਾਪਾ ਕੀ ਹੋ ਗਿਆ? ਹਾਂ ਪੁੱਤ, ਲੱਗੇ ਹੋਏ ਬੂਟੇ ਕਦੇ ਨੀ ਪੱਟੀ ਦੇ, ਕਦੇ ਨੀ ਪੱਟੀ ਦੇ ਲੱਗੇ ਹੋਏ ਬੂਟੇ, ਕਦੇ ਨੀ ਪੱਟੀ।